ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਵੀਰੋ, ਇੱਕ ਗੱਲ ਸਾਂਝੀ ਕਰਨੀ ਸੀ ਤੁਹਾਡੇ ਨਾਲ। ਫੋਨ ਕਾਲਸ ਬਹੁਤ ਆਈਆਂ ਪਈਆਂ ਹੁੰਦੀਆਂ ਨੇ ਵਟਸਐਪ 'ਤੇ, ਮੈਸੇਜ ਬਹੁਤ ਆਏ ਪਏ ਹੁੰਦੇ ਨੇ, ਵੀਰੇ ਕਿੱਥੇ ਹੋ, ਤੁਹਾਡਾ ਫੋਨ ਬੰਦ ਆ ਰਿਹਾ। ਅਤੇ ਫੇਸਬੁੱਕ 'ਤੇ ਔਰ ਆਪਣੇ ਯੂਟਿਊਬ 'ਤੇ ਕਾਫੀ ਕਮੈਂਟਸ, ਮੈਂ ਕੱਲ੍ਹ ਫ੍ਰੀ ਸੀਗਾ, ਰੀਡ ਕੀਤੇ। ਉਹ ਵੀਰੋ, ਮੈਂ ਦੱਸਣਾ ਚਾਹੁੰਦਾ, ਮੈਂ 10 ਕੁ ਦਿਨਾਂ ਲਈ ਟਰੈਵਲ ਕਰਨ ਗਿਆ ਸੀਗਾ ਕੁਛ ਕੁ ਕੰਟਰੀਆਂ 'ਚ, ਆਊਟ ਆਫ ਕੰਟਰੀ ਸੀਗਾ, ਆਪਣੇ ਇੰਡੀਆ ਤੋਂ ਬਾਹਰ ਗਿਆ ਹੋਇਆ ਸੀਗਾ। ਅਤੇ ਵੀਰੇ, 22 ਤਰੀਕ ਨੂੰ ਮੈਂ ਵਾਪਸ ਆ ਜਾਣਾ, 22 ਤਰੀਕ ਨੂੰ ਇੰਡੀਆ 'ਚ ਵਾਪਸ ਆ ਕੇ ਮੇਰਾ ਫੋਨ ਔਨ ਹੋਊਗਾ। ਜਿਹੜੇ ਵੀ ਮੇਰੇ ਵੀਰ ਨੂੰ ਜੇ ਕੋਈ ਜ਼ਰੂਰੀ ਕੰਮ ਹੁੰਦਾ ਜਾਂ ਕੋਈ ਜ਼ਰੂਰੀ ਇਨਫੋਰਮੇਸ਼ਨ ਜਾਂ ਕੋਈ ਗੱਲਬਾਤ ਕਰਨੀ ਹੁੰਦੀ ਆ, ਤਾਂ ਵੀਰੇ ਮੇਰਾ ਨਾ ਵਟਸਐਪ 'ਤੇ ਤੁਸੀਂ ਮੈਨੂੰ ਮੈਸੇਜ ਛੱਡ ਦਿਆ ਕਰੋ। ਜਦੋਂ ਵੀ ਮੈਂ ਫ੍ਰੀ ਹੁੰਦਾ ਜਾਂ ਫ੍ਰੀ ਹੋਇਆ ਕਰੂੰਗਾ, ਤਾਂ ਨੋ ਪ੍ਰੋਬਲਮ ਵੀਰੇ, ਮੈਂ ਹਰ ਇੱਕ ਨੂੰ ਰਿਪਲਾਈ ਕਰੂੰਗਾ। ਅਤੇ ਉਹ ਮੈਂ ਮਾਫੀ ਵੀ ਚਾਹੁੰਦਾ ਵਿੱਚ ਵੀਰਾਂ ਦੇ ਮੇਰੇ ਤੋਂ ਰਿਪਲਾਈ ਨਹੀਂ ਹੋ ਰਹੇ, ਕਿਉਂਕਿ ਮੈਂ ਥੋੜ੍ਹਾ ਜਿਹਾ ਕਾਫੀ ਜ਼ਿਆਦਾ ਬਿਜ਼ੀ ਸੀਗਾ, ਕੁਛ ਕੁ ਮਸਲਿਆਂ ਦੇ ਲਈ ਮੈਂ ਬਾਹਰ ਗਿਆ ਹੋਇਆ ਸੀਗਾ ਵੀਰੇ। ਅਤੇ ਬਾਕੀ ਨੋ ਪ੍ਰੋਬਲਮ ਵੀਰੇ, ਜੇ ਕੋਈ ਜ਼ਿਆਦਾ ਕਿਸੇ ਨੂੰ ਕਈ ਵਾਰ ਜ਼ਿਆਦਾ ਕੋਈ ਜ਼ਰੂਰੀ ਅਰਜੈਂਟ ਇਨਫੋਰਮੇਸ਼ਨ ਜਾਂ ਕੋਈ ਗੱਲਬਾਤ ਕਰਨੀ ਹੁੰਦੀ ਆ, ਤਾਂ ਤੁਸੀਂ ਮੇਰੇ 'ਤੇ ਮੈਨੂੰ ਵਟਸਐਪ 'ਤੇ ਮੈਸੇਜ ਛੱਡ ਸਕਦੇ ਹੋ। ਔਰ ਵਟਸਐਪ ਕਾਲ ਮੇਰੀ ਉਦੋਂ ਹੀ ਹੁੰਦੀ ਆ ਜਦੋਂ ਮੈਂ ਰੂਮ 'ਚ ਵਾਈਫਾਈ ਯੂਜ਼ ਕਰਦਾ ਜਾਂ ਮੈਂ ਬਾਹਰ ਨੈੱਟ ਬਹੁਤ ਘੱਟ ਯੂਜ਼ ਕਰਦਾ। ਅਤੇ ਹੋਰ ਬਾਕੀ ਵੀਰੇ ਸਭ ਠੀਕ ਆ। ਅਤੇ ਇਹੀ ਮੇਰੇ ਯਾਰਾਂ ਦੋਸਤਾਂ ਵੀਰਾਂ ਨੂੰ, ਮੇਰੇ ਫੋਲੋਅਰਸ ਨੂੰ ਯੂਟਿਊਬ ਦੇ ਮਾਧਿਅਮ ਰਾਹੀਂ ਜੁੜੇ ਸਾਰੇ ਵੀਰਾਂ ਨੂੰ ਬੇਨਤੀ ਹੈ ਮੇਰੀ, ਮੈਂ 10 ਦਿਨਾਂ ਲਈ ਬਾਹਰ ਹਾਂ ਵੀਰੇ। ਜੇ ਵੀ ਕਿਸੇ ਨੇ ਕੋਈ ਗੱਲਬਾਤ ਕਰਨੀ ਆ ਮੇਰੇ ਨਾਲ ਜਾਂ ਇਸ ਤੋਂ ਬਾਅਦ, ਮੈਂ 22 ਤਰੀਕ ਨੂੰ ਇੰਡੀਆ ਆ ਜਾਣਾ। ਇੰਡੀਆ ਆ ਕੇ ਮੈਂ ਹਰ ਇੱਕ ਦੀ ਗੱਲਬਾਤ ਜ਼ਰੂਰ ਸੁਣੂੰਗਾ ਅਤੇ ਹਰ ਇੱਕ ਨੂੰ ਮਿਲੂੰਗਾ ਵੀਰੇ। ਸੋ ਥੈਂਕ ਯੂ ਵੀਰੇ ਸਾਰਿਆਂ ਦਾ ਬਹੁਤ ਪਿਆਰ ਦੇਣ ਲਈ। ਬਹੁਤ ਜ਼ਿਆਦਾ ਮੈਸੇਜ ਆਏ ਪਏ ਹੁੰਦੇ ਨੇ ਜਦੋਂ ਮੈਂ ਵਟਸਐਪ ਓਪਨ ਕਰਦਾ, ਅਤੇ ਬਹੁਤ ਬਹੁਤ ਦਿਲੋਂ ਥੈਂਕ ਯੂ ਵੀਰੇ, ਥੈਂਕ ਯੂ ਸਾਰੇ।